ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮੂਹ ਸੰਗਤਾਂ ਅਤੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਨਵਾਂ ਸਾਲ ਸਿੱਖ ਸੰਗਤਾਂ ਲਈ ਵੱਡੀਆਂ ਖੁਸ਼ੀਆਂ ਲੈ ਕੇ ਆਇਆ ਹੈ। ਉਹਨਾਂ ਕਿਹਾ ਕਿ ਸੱਜਣ ਕੁਮਾਰ ਦੇ ਲਈ ਇਹ ਨਵਾਂ ਸਾਲ ਜੇਲ੍ਹ ਵਿੱਚ ਸ਼ੁਰੂ ਹੋਇਆ ਹੈ, ਜੋ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ। ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੂੰ ਅੱਜ 2019 ਹੈ, ਖੁਸ਼ੀਆਂ ਭਰਿਆ ਸਾਲ ਹੋਵੇ। ਸਰ, ਇੱਕ ਸੁਖਬੀਰ ਜੀ, ਤੁਸੀਂ ਬੀਬੀ ਜਗਦੀਸ਼ ਕੌਰ ਦੇ ਘਰ ਗਏ ਸੀ, ਉਹਨਾਂ ਨੂੰ ਸਨਮਾਨ ਕੀਤਾ ਜੀ। ਮੈਂ ਕਿਹਨੂੰ ਦੱਸਾਂ, ਨਵੇਂ ਸਾਲ 'ਚ ਵੱਡੀ ਖੁਸ਼ੀ ਸਿੱਖ ਕੌਮ ਨੂੰ ਮਿਲੀ ਹੈ ਕਿ ਜਿਹੜਾ ਸਿੱਖ ਕੌਮ ਦਾ ਦੋਸ਼ੀ ਕਾਂਗਰਸੀ ਲੀਡਰ ਸੱਜਣ ਕੁਮਾਰ ਅੱਜ ਜੇਲ੍ਹ ਵਿੱਚ ਹੈ। 34 ਸਾਲ ਬਾਅਦ ਕੌਮ ਨੂੰ ਇਨਸਾਫ ਮਿਲਿਆ। ਪਰਮਾਤਮਾ ਦੀ ਇੰਨੀ ਮਿਹਰ ਹੋਈ ਹੈ, ਨਵੇਂ ਸਾਲ ਦਾ ਪਰਮਾਤਮਾ ਨੇ ਬਹੁਤ ਵੱਡਾ ਤੋਹਫਾ ਕੌਮ ਨੂੰ ਦਿੱਤਾ। ਸਰ, ਤੁਸੀਂ ਸੋਨੀਆ ਗਾਂਧੀ ਡਿਮਾਂਡ ਕੀਤੀ ਹੈ ਜੀ ਕਿ ਉਹਨਾਂ ਨੂੰ ਵੀ ਪਰਿਵਾਰ ਨੂੰ, ਕਿਉਂਕਿ ਅਸਲੀ ਦੋਸ਼ੀ, ਮੈਂ ਜੇ ਤੁਸੀਂ ਜਾਓ, ਅਸਲੀ ਦੋਸ਼ੀ ਤਾਂ ਗਾਂਧੀ ਪਰਿਵਾਰ ਹੈ, ਜਿਨ੍ਹਾਂ 'ਤੇ ਹੁਕਮ 'ਤੇ ਹੋਇਆ। ਸੱਜਣ ਕੁਮਾਰ, ਟਾਈਟਲਰ ਅਤੇ HKL ਭਗਤ ਸਾਰੇ ਉਹ ਤੱਕ ਅੱਗੇ ਕਰਨ ਵਾਲੇ ਹੈ, ਪਰ ਜਿਨ੍ਹਾਂ ਨੇ ਹੁਕਮ ਹੋਇਆ ਉਦੋਂ ਰਾਜੀਵ ਗਾਂਧੀ ਦਾ ਹੋਇਆ ਸੀ ਹੁਕਮ। ਅੱਜ ਤੁਸੀਂ ਬੀਬੀ ਜਗਦੀਸ਼ ਕੌਰ ਜੀ ਨੇ ਗੱਲ ਕਹੀ ਹੈ ਕਿ ਕਰਨ ਵਾਲਾ ਤਾਂ ਰਾਜੀਵ ਗਾਂਧੀ ਸੀ। ਸੋ ਜੇ ਰਾਜੀਵ ਗਾਂਧੀ ਕਰਨ ਵਾਲਾ ਸੀ ਤਾਂ ਫਿਰ ਕੇਸ ਤਾਂ ਉਹਨਾਂ ਦੇ ਵੀ ਹੋਣਾ ਚਾਹੀਦਾ। ਤੁਸੀਂ ਇਸ ਮਸਲੇ 'ਚ ਗੱਲ ਕਰੋਗੇ? ਨਹੀਂ, ਆਈ ਥਿੰਕ ਲੀਗਲ ਆਪਸ਼ਨ ਦੇਖ ਰਹੇ ਹਾਂ। ਸੁਪਰੀਮ ਕੋਰਟ 'ਚ ਮੂਵ ਕਰੋਗੇ ਕਿ ਉਹਨਾਂ ਨੂੰ ਜੋ ਲੀਗਲ ਆਪਸ਼ਨ? ਕਾਂਗਰਸ ਸਰਕਾਰ ਹਰ ਕਿਸੇ ਨੂੰ ਸਮਨ ਕਰ ਲੈਂਦੀ ਹੈ, ਕਿਆ ਗਵਰਨਮੈਂਟ ਨੂੰ ਸੈਂਟਰ? ਮੈਂ ਉਹੀ ਕਹਿੰਦਾ ਕਿ ਅਸੀਂ ਲੀਗਲ ਆਪਸ਼ਨਸ, ਜੋ ਲੀਗਲ ਆਪਸ਼ਨਸ ਸਾਡੇ ਕੋਲ ਅਵੇਲੇਬਲ ਹੈ, ਵੀ ਲੁੱਕ ਐਟ ਆਲ ਦ ਲੀਗਲ ਆਪਸ਼ਨਸ। ਇੰਸਪੈਕਟਰ ਸਰ, ਵਨ ਮੋਰ ਕੁਐਸਚਨ ਪਲੀਜ਼। ਨਵਜੋਤ ਸਿੰਘ ਸਿੱਧੂ ਅਗੇਨ, ਮੈਂ ਨਹੀਂ ਆ ਜੀ, ਨਵਜੋਤ ਸਿੰਘ ਸਿੱਧੂ ਨੇ ਫਿਰ ਟੀਵੀ ਜੁਆਇਨ ਕਰ ਲਿਆ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਸਰ। ਥੈਂਕ ਯੂ। ਚਲੋ ਸਰ, ਮਨਪ੍ਰੀਤ ਬਾਦਲ ਦੀ ਵੋਟ। ਬਿਊਰੋ ਰਿਪੋਰਟ, ਪੰਜਾਬ ਟੁਡੇ।